ਆਪਣੇ ਹੈਗੇ ਨੇ ਕਿ ਤੁਹਾਨੂੰ ਇੰਨਾ ਲੋਨ ਆਫਰ ਹੋ ਗਿਆ ਜੀ, ਇੱਥੇ ਕਲਿੱਕ ਕਰੋ ਤਾਂ 2 ਮਿੰਟ 'ਚ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣਗੇ। ਤਾਂ ਇਸ ਤਰ੍ਹਾਂ ਦੇ ਜਿਹੜੇ ਆਫਰਿੰਗ ਵਾਲੇ ਮੈਸੇਜ ਹੈਗੇ ਆ, ਉਹਦੇ 'ਤੇ ਕਦੀ ਵੀ ਉਸ ਅਨਨੋਨ ਲਿੰਕ ਦੇ ਉੱਤੇ ਕਦੀ ਵੀ ਕਲਿੱਕ ਕਰਕੇ ਉਹਨੂੰ ਪ੍ਰੋਸੈਸ ਨਾ ਕਰੋ, ਅਦਰਵਾਈਜ਼ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡਾ ਡਾਟਾ ਹੈਗਾ, ਬੈਂਕਿੰਗ ਡਾਟਾ ਹੈਗਾ, ਉਹ ਫਰੋਡ ਚਲਾ ਜਾਏਗਾ, ਤੁਹਾਡਾ ਉਹਦੇ ਵਿੱਚ ਨੁਕਸਾਨ ਹੋ ਜਾਏਗਾ। ਔਰ ਤੀਸਰੀ ਜਿਹੜੀ ਲਾਸਟ ਚੀਜ਼ ਜਿਹੜੀ ਤੁਹਾਨੂੰ ਦੱਸਣ ਵਾਲੀ ਹੈਗੀ ਆ, ਉਹ ਇਹ ਹੈਗੀ ਆ ਕਿ ਮੰਨ ਲਓ ਕਿ ਤੁਹਾਡੇ ਨਾਲ ਕੋਈ ਫਰੋਡ ਹੋ ਗਿਆ, ਕਿਸੇ ਬੈਂਕ ਨੇ ਜਾਂ ਕਿਸੇ ਫਾਈਨਾਂਸ ਕੰਪਨੀ ਨੇ ਤੁਹਾਡੇ ਨਾਲ ਫਰੋਡ ਕਰ ਦਿੱਤਾ, ਤਾਂ ਤੁਸੀਂ ਆਰਬੀਆਈ ਦੀ ਸਾਈਟ ਦੇ ਉੱਤੇ ਕੰਪਲੇਂਟ ਕਰ ਸਕਦੇ ਹੋ। ਆਰਬੀਆਈ ਸਾਈਟ ਹੈਗੀ ਆ cms.rbi.organization.in। ਅਗਰ ਤੁਸੀਂ ਉਸ ਤੇ ਕੰਪਲੇਂਟ ਕਰਦੇ ਹੋ ਤਾਂ ਵਿਦਇਨ 30 ਡੇਜ਼ ਆਰਬੀਆਈ ਉਸ ਤੇ ਤੁਹਾਨੂੰ ਰਿਵਰਟ ਕਰੇਗਾ ਥਰੂ ਉਸ ਕੰਸਰਨਡ ਬੈਂਕ ਦੇ, ਜਿਸ ਬੈਂਕ ਨੇ ਤੁਹਾਡੇ ਨਾਲ ਫਰੋਡ ਕੀਤਾ। ਅਗਰ ਉਹਦੇ ਤੇ ਤੁਹਾਨੂੰ ਉਸ ਬੈਂਕ ਤੋਂ ਕੋਈ ਰਿਵਰਟ ਨਹੀਂ ਆਉਂਦਾ, ਤਾਂ ਆਰਬੀ 30 ਡੇਜ਼ ਦੇ ਬਾਅਦ ਇੱਕ ਓਮਬੁਡਸਮੈਨ ਹੁੰਦਾ, ਮੀਨਸ ਕਿ ਇੱਕ ਉੱਚ ਅਧਿਕਾਰੀ ਹੁੰਦਾ, ਇੱਕ ਸੰਸਥਾ ਬਣੀ ਹੋਈ ਹੈ, ਇੱਕ ਮਤਲਬ ਕਿ ਸਟਾਫ ਹੈ ਗਵਰਨਮੈਂਟ ਦਾ, ਤਾਂ ਇਹ ਕੰਪਲੇਂਟ ਉਹਨਾਂ ਕੋਲ ਚਲੀ ਜਾਂਦੀ ਹੈ ਲਾਈਕ ਏ CBI, ਕਿ ਉਹਨਾਂ ਕੋਲ ਜਾਂਚ ਚਲ ਜਾਂਦੀ ਹੈ, ਫਿਰ ਉਹ ਉਸ ਤੇ ਪੂਰੀ ਜਾਂਚ ਕਰਦੇ ਆ ਤੇ ਪੂਰੀ ਪ੍ਰੋਪਰ ਕਾਰਵਾਈ ਹੁੰਦੀ ਹੈ। ਕਾਰਵਾਈ ਹੋ ਕੇ ਫਿਰ ਉਸ ਬੈਂਕ ਦੇ ਉੱਪਰ ਜੋ ਵੀ ਐਕਸ਼ਨ ਲੀਗਲ ਐਕਸ਼ਨ ਬਣਦਾ ਉਹ ਆਰਬੀ ਉਸ ਤੇ ਲੈਂਦੀ ਹੈਗੀ। ਇੱਥੋਂ ਤੱਕ ਵੀ ਅਗਰ ਜ਼ਿਆਦਾ ਆਉਂਦੀਆਂ ਕੰਪਲੇਂਟਸ ਵਾਜਣ ਤਾਂ ਉਸ ਬੈਂਕ ਦਾ ਲਾਇਸੈਂਸ ਵੀ ਜਿਹੜਾ ਹੈਗਾ ਰੱਦ ਕਰ ਦਿੱਤਾ ਜਾਂਦਾ। ਬਸ ਇਹੀ ਤੁਹਾਨੂੰ ਜਾਣਕਾਰੀ ਦੇਣੀ ਸੀ। ਥੈਂਕ ਯੂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਅੱਗੇ ਤੋਂ ਆਪਣਾ ਤੁਸੀਂ ਇਸ ਚੀਜ਼ 'ਤੇ ਧਿਆਨ ਰੱਖਿਓ ਕਿ ਕੋਈ